ਹਾਂਜੀ ਸასი ਗਾਲ ਜੀ ਮੇਰੇ ਸਾਰੇ ਭਰਾਵਾਂ ਨੂੰ ਮਿੱਤਰੋ ਜਿੱਦਾਂ ਕਿ ਤੁਹਾਨੂੰ ਹੁਣ ਪਤਾ ਹੀ ਆ ਤਕਰੀਬਨ ਵੀ ਜਿੱਦਾਂ ਕਣਕ ਨੂੰ ਪਹਿਲਾ ਪਾਣੀ ਸ਼ੁਰੂ ਹੋ ਹੀ ਗਿਆ ਹਨਾ ਜਾਨੀ ਕਿ ਬਾਕੀ ਏਰੀਆ ਦੇ ਹਿਸਾਬ ਨਾਲ ਕਿਸੇ ਏਰੀਆ 'ਚ 10-15 ਦਿਨ ਅੱਗੇ ਆ ਕਿਸੇ 'ਚ ਪਿੱਛੇ ਆ ਤੇ ਜਾਨੀ ਕਿ ਹੁਣ ਪਹਿਲਾ ਪਾਣੀ ਤਕਰੀਬਨ ਸਾਰੇ ਆਪਣੇ ਸਟਾਰਟ ਹੀ ਆ ਸੋ ਜਿੱਦਾਂ ਹਨਾ ਵੀ ਤਕਰੀਬਨ ਜਿੱਦਾਂ ਇਹ ਵੀ ਆ ਵੀ ਜਿਹੜੋ ਆਪਾਂ ਝੋਨਾ ਲਾਉਨੇ ਆ ਉਦੋਂ ਪਾਣੀ ਦਾ ਲੈਵਲ ਥੋੜਾ ਜਿਆਦਾ ਘਟ ਜਾਂਦਾ ਕਿਉਂਕਿ ਮੋਟਰਾਂ ਸਾਰੀਆਂ ਚੱਲਦੀਆਂ ਆ ਤੇ ਪਾਣੀ ਦਾ ਜਿਹੜਾ ਲੈਵਲ ਆ ਡਾਊਨ ਹੋ ਜਾਂਦਾ ਜਿੱਦਾਂ ਹੁਣ ਆਪਣੇ ਸਾਡੇ ਇੱਥੇ ਆਹਾ ਸਮਝ ਲਓ ਜਿਹੜਾ ਆ ਉਹ ਉਹ ਦਰਸਤ ਦਿਦੇ ਆ ਇਹ ਸਮਝ ਲਓ ਸਤਲੋ ਦੇ ਦਰਿਆ ਆ ਤੇ ਬੇੜ ਏਰੀਆ ਹੀ ਆ ਤਕਰੀਬਨ ਸਾਰਾ ਸੋ ਇੱਥੇ ਪਾਣੀ ਬਹੁਤ ਜ਼ਿਆਦਾ ਜਿੱਦਾਂ ਹੁਣ ਮੋਟਰਾਂ ਸਿਆੜਾਂ ਨੂੰ ਖੜੀਆਂ ਆ ਤੇ ਖੁਈਆਂ ਅੱਜ ਪਾਣੀ ਵੀ ਆ ਜਾਂਦਾ ਕਈ ਵਾਰੀ 4-4 ਫੁੱਟ ਵੀ ਪਾਣੀ ਚੜ ਜਾਂਦਾ ਆ ਸੋ ਆਪਣਾ ਜਿੱਦਾਂ ਹਨਾ ਇਦਾਂ ਹੀ ਮਿੱਤਰ ਸਿਗਾ ਇੱਕ ਤੇ ਇਹ ਯਾਨੀ ਕਿ ਇਹ ਵੀਡੀਓ ਖਾਸ ਕਰਕੇ ਉਹਨਾਂ ਲਈ ਆ ਵੀ ਜਿਹੜੇ ਮੋਟਰ ਤੋਂ ਜਾਨਕੀ ਆਪਣੇ ਕੀ ਜਿੱਦਾਂ ਹੁਣ ਪਾਣੀ ਵਧਨ ਨਾਲ ਜਿੱਦਾਂ ਜਿਹੜੀਆਂ ਮੋਟਰਾਂ ਅੰਪੀਅਰ ਜ਼ਿਆਦਾ ਲੈਂਦੀਆਂ ਆਂ ਲੋਡ ਤੇ ਚੱਲਦੀਆਂ ਆਂ ਤੇ ਪਾਣੀ ਜ਼ਿਆਦਾ ਕੱਢਦੀਆਂ ਆਂ ਤੇ ਜਿਹੜੇ ਭਰਾ ਉਹਨਾਂ ਦਾ ਹੱਲ ਕਰਨ ਦੀ ਕੋਈ ਅੰਪੈਲ ਨੂੰ ਕੱਟ ਲਵਾਉਂਦਾ ਆ ਤੇ ਕੋਈ ਵਿੱਚ ਗੁੱਲੇ ਢੋਗਦਾ ਆ ਜਿੱਦਾਂ ਵੀ ਮੋਟਰ ਲੋਡ ਘੱਟ ਲਵੇ ਪਾਣੀ ਘੱਟ ਨਿਕਲੇ ਇਹ ਖਾਸ ਕਰਕੇ ਵੀਡੀਓ ਉਹਨਾਂ ਲਈ ਆ ਤੇ ਜਿੱਦਾਂ ਆਪਣਾ ਭਰਾ ਸੀਗਾ ਆਪਣੀ ਮੋਟਰ ਲੱਗ ਗਈ ਇੱਥੇ ਭਰਾ ਦੀ ਮੋਟਰ ਤੇ ਉਹਦੀ ਜਿੱਦਾਂ ਤਿੰਨ ਦਿਨ ਹੋਏ ਜਿੱਦਾਂ ਹੁਣ ਕਣਕ ਨੂੰ ਆ ਪਾਣੀ ਚੱਲ ਰਿਹਾ ਆ ਤੇ ਉਹਦੀ ਮੋਟਰ ਜਿੱਦਾਂ ਹਨਾ ਸੜ ਗਈ ਸੀ ਕਉਂਕੀ ਉਹ 20 ਐਂਪੀਅਰ ਹੈ 22 24 22 23 ਐਂਪੀਅਰ ਸਾਢੇ 7 ਦੀ ਮੋਟਰ ਸੀ ਤੇ 22 23 ਐਂਪੀਅਰ ਲੈਂਦੀ ਸੀ ਉਹ ਲੋਡ ਤੇ ਹੋ ਕੇ ਜਿੱਦਾਂ ਗਰਮ ਹੋ ਕੇ ਸੜ ਗਈ। ਸੋ ਆਪਣੇ ਵੀ ਹਨਾ ਜਿੱਦਾਂ ਅਗੀ ਹੀ ਪ੍ਰੋਬਲਮ ਹੁੰਦੀ ਸੀਗੀ ਇੱਥੇ ਤੇ ਆਪਣੇ ਜਿੱਦਾਂ ਭਰਾਈ ਆ ਆਪਣਾ ਉਹ ਜਿੱਦਾਂ ਮਾਲਵੇ ਨੂੰ ਬਲੋਂਗ ਕਰਦਾ ਤੇ ਉਹ ਇੱਥੇ ਆਪਣੇ ਭਰਾ ਖੇਤੀ ਕਰਦਾ ਕਾਫੀ ਜਿੱਦਾਂ ਤੇ ਇਹ ਇਹ ਜਿਹੜੀ ਤਕਨੀਕ ਹੈ ਕਈਆਂ ਏਰੀਆ ਚ ਕੀ ਪਤਾ ਜਿੱਦਾਂ ਲਾਈ ਵੀ ਹੋ ਸਕਦੀ ਪਹਿਲਾਂ ਵੀ ਆਪਾਂ ਨਹੀਂ ਕਹਿੰਦੇ ਵੀ ਆਪਾਂ ਹੀ ਲਾਈ ਆ। ਇਸ ਹੱਲਪ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਖਾਸ ਕਰਕੇ ਵੀਡੀਓ ਉਹਨਾਂ ਲਈ ਹੈ ਵੀ ਜਿਹੜੇ ਭਰਾ ਮੋਟਰ ਵੱਧੇ ਐਂਪੀਅਰ ਵੱਧ ਲੈਣ ਤੋਂ ਪਰੇਸ਼ਾਨ ਆ ਵੀ ਪਾਣੀ ਘਟਾਉਣ ਨੂੰ ਘਟਾਉਣਾ ਚਾਹੁੰਦੇ ਆ ਤੇ ਕੋਈ ਐਂਪੀਲਰ ਨੂੰ ਕੱਟ ਲਵਾਉਣਾ ਚਾਹੁੰਦਾ ਜਾਂ ਕੋਈ ਵੀ ਜਿਹਦਾ ਐਂਪੀਲਰ ਚ ਗੁੱਲੇ ਠੋਕਦਾ ਖਾਸ ਕਰਕੇ ਇਹ ਜਿਹੜੇ ਮੋਨੋਬਲਾਕ ਮੋਟਰਾਂ ਖੂਈਆਂ ਵਾਲੀਆਂ ਤੇ ਤਕਰੀਬਨ ਹੁਣ ਉੱਧਾ ਆਮ ਤਾਂ ਜਿਹਦਾ ਏਰੀਆ ਚ ਸਾਰੇ ਸਮਾਰਸੀ ਵਾਲੀ ਮੋਟਰਾਂ ਹੋਈਆਂ ਆ ਹਨਾ ਪਰ ਜਿਹੜੇ ਯਾਨੀ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਮੇਰੇ ਭਰਾ ਭੂਈ ਵਾਲੀਆਂ ਮੋਟਰਾਂ ਜਿਹੜੀਆਂ ਮੋਨੋ ਮੋਟਰ ਮੋਨੋ ਬਲਾਕ ਜਿਹਨੂੰ ਕਹਿੰਦੇ ਨੇ ਆਪਾਂ ਲੂਬੀ ਦੀ ਹੋਈ ਗਲਤੀ ਦੀ ਹੋਈ ਆਮ 7.5 ਦੀ 5 ਦੀ ਹਨਾ 10 ਦੀ ਹੋਈ ਤੇ ਜਿੱਦਾਂ ਯਾਨੀ ਕਿ ਆਹ ਜਿਹੜੀ ਮੋਟਰ ਹੈ ਹਨਾ ਮਤਲਬ ਇਹ 7.5 ਦੀ ਆ ਤੇ ਇਹ 20 22 ਐਂਪੀਅਰ ਲੈਂਦੀ ਸੀ ਯਾਨੀ ਕਿ ਲੋਡ ਤੇ ਚੱਲਦੀ ਸੀ ਤੇ ਪਾਣੀ ਮਾਰਦੀ ਸੀ ਆਵਾ ਕੌਣ ਬਾਹਰ ਤੇ ਇਹਦੇ ਲਈ ਮਿੱਤਰੋ ਆਪਾਂ ਹਨਾ ਇੱਕ ਜਿਗਾਰੜ ਆ ਜਿੱਦਾਂ ਬਣਾਇਆ ਤੇ ਇਹ ਆਪਣਾ ਕੋਈ ਵੀ ਭਰਾ ਲਾ ਸਕਦਾ ਆ ਆ ਦੇਖੋ ਜਰਾ ਮੜੇ ਆ ਹੁਣ ਸਾਫ ਦਿਸਪਵੇ ਤਾਂ ਵੀ ਆ ਆ ਦੇਖੋ ਜਿਹੜਾ ਕੀ ਆਪਣੇ ਫਲੈਕਸ ਵਾਲ ਹੁੰਦਾ ਜਿਹਦੇ ਵਿੱਚ ਟਿੱਕੀ ਹੁੰਦੀ ਹੈ ਹਨਾ ਉਹਦਾ ਜਿਹੜਾ ਬੈਂਡ ਆ ਬੈਂਡ ਦੇ ਉੱਪਰ ਆ ਦੇਖੋ ਜਿੱਦਾਂ ਉਹ ਪੈਪ ਲਾ ਆ ਆਪਾਂ ਆ ਦੇਖੋ ਅੱਧੀ ਦਾ ਆ ਆ ਰਿਹਾ ਉੱਪਰ ਨੂੰ ਆ ਰਿਹਾ ਆ ਪੈਪ ਆ ਰਿਹਾ ਹਨਾ ਉਹਦੇ ਉੱਤੇ ਇੱਕ ਬਿੰਜੋ ਜੀ ਮਿਲਦੀ ਹੈ ਜਾਨਕਿ ਉਹ ਛੇਕ ਮਾਰ ਕੇ ਉਹਦੇ ਉੱਤੇ ਕੱਸ ਹੋ ਜਾਂਦੀ ਉਹਦੇ ਉੱਤੇ ਚੜ ਜਾਂਦਾ ਪੈਪ ਆ ਦੇਖੋ ਇਹਦੇ ਨਾਲ ਕੀ ਹੁੰਦਾ ਹੈ ਜਾਨਕਿ ਇਹ ਪੈਪ ਹਨਾ ਉਹਦੇ ਉੱਤੇ ਚੜ ਕੇ ਪੈਪ ਅੱਧੀ ਦਾ ਆਪਾਂ ਬਾਹਰ ਲੈਣੇ ਤੇ ਬਾਹਰ ਆਪਾਂ ਲਾ ਦਿੰਦੇ ਟੀ ਜਿਹੜੀ ਆਮ ਖਾਸ ਕਰਕੇ ਆਪਣਾ ਜਿਹੜੇ ਪੱਠੇ-ਪੁੱਠੇ ਕੋਤਨ ਨੂੰ ਇੰਜਨਾਂ ਨੂੰ ਟੈਂਕੀ ਲਾਈ ਹੁੰਦੀ ਹੈ ਨਾ ਉਹਨਾਂ ਦੇ ਉੱਤੇ ਇਦਾਂ ਇਹ ਟੀ ਲਾਈ ਹੁੰਦੀ ਆ ਦੇਖੋ ਘਟ ਵੱਧ ਹੋ ਜਾਂਦੀ ਯਾਨੀ ਕਿ ਇੱਥੋਂ ਫੇ ਹਨਾ ਹਵਾ ਜਾਂਦੀ ਅੰਦਰ ਹਵਾ ਖਿੱਚਦਾ ਹੈ ਯਾਨੀ ਕਿ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਇਹਨੂੰ ਇਦਾਂ ਪੂਰਾ ਖੋਲ ਦੇਣਾ ਇੱਥੋਂ ਹਵਾ ਇਹਨੇ ਖਿੱਚਣੀ ਹੈ ਤੇ ਪਾਣੀ ਦਾ ਜਿਹੜਾ ਪ੍ਰੈਸ਼ਰ ਯਾਨੀ ਕਿ ਮੋਟਰ ਦਾ ਲੋਡ ਜਿੱਦਾਂ ਘਟ ਜਾਂਦਾ ਹੈ ਜਿੰਨੇ ਇਹਦੇ ਆਪਾਂ ਮਰਜ਼ੀ ਕਰ ਸਕਦੇ ਆ ਇਹਦੇ ਨਾਲ ਆ ਦੇਖੋ ਹਨਾ ਤੁਹਾਨੂੰ ਮੈਂ ਦਿਖਾਉਣਾ ਅੰਦਰ ਆਪਾਂ ਜਿੱਦਾਂ ਲਾਇਆ ਐ ਐਂਪੀਅਰ ਮੀਟਰ ਆ ਆ ਦੇਖੋ ਮਿੱਤਰੋ ਇਹ ਜਿੱਦਾਂ ਹਨਾ 7.5 ਦੀ ਮੋਟਰ ਇਹ ਲੈਂਦੀ ਸੀਗੀ 20 ਏਮਪੀਅਰ ਲੈਂਦੀ ਸੀ ਤੇ ਆਪਾਂ ਹੁਣ ਇਹਨੂੰ 15 ਤੇ ਜਾਨੀ ਕੀ ਖੜਾ ਕੀਤਾ ਆ 15 ਏ ਪੇ ਲੈਂਦੀ ਆ ਮਤਲਬ ਕੀ ਵੀ ਆ ਦੇਖੋ ਏਮਪੀਅਰਮੀਟਰ ਲਾਇਆ ਅੰਦਰ ਨਾਲ ਜਾਨੀ ਕੀ ਜੇ ਜਿੱਦਾਂ ਹੁਣ ਆਪਾਂ ਕਈ ਵਾਰੀ ਕੋਈ ਪੰਗਾ ਲੈ ਕੇ ਇਹਨੂੰ ਛੇੜ ਵੀ ਦਿੰਦਾ ਹਨਾ ਟੂਟੀ ਨੂੰ ਜਿੱਦਾਂ ਵੱਧ ਖੋਲ ਦਿੰਦਾ ਵਾ ਤੇ ਇਹਦੇ ਨਾਲ ਆਪਾਂ ਹਨਾ ਜਿੱਦਾਂ ਇੱਥੋਂ ਟੂਟੀ ਨੂੰ ਘਟਾਈ ਜਾਣਾ ਆ ਦੇਖੋ ਇਹਨੇ ਇੱਥੋਂ ਸੂਟਾ ਖਿੱਚ ਕੇ ਹਨਾ ਹਵਾ ਜਾਨੀ ਕਿ ਹੁਣ ਜਾਨੀ ਕਿ ਲੈਟ ਹੈ ਨਹੀਂ ਸੀ ਕਿ ਨਹੀਂ ਤਾਂ ਮੈਂ ਜਿੱਦਾਂ ਤੁਹਾਨੂੰ ਚਲੋ ਵਿੱਚ ਇੱਕ ਕਲਿੱਪ ਹੈਗਾ ਆਪਾਂ ਐਡ-ਆਨ ਵਿੱਚ ਕਰ ਦੇਣਾ ਇੱਥੇ ਇਹਨੇ ਹਵਾ ਖੇਚਣੀ ਆ ਇੱਥੇ ਜਿੰਨੀ ਮਾਜੀ ਵਧਾਈ ਜੋ ਜਿੰਨੀ ਮਾਜੀ ਘਟਾਈ ਜੋ ਜਿੱਦਾਂ ਜੇ 20 22 ਐਂਪੀਅਰ ਲੈਂਦੀ ਆ ਸਾਡੇ ਸਾਤੇ ਦੀ ਮੋਟਰ ਵੈਸੇ 15 ਐਂਪੀਅਰ ਲੈਣੇ ਚਾਹੀਦੇ ਆ ਫੇ ਵਧੀਆ ਚੱਲਦੀ ਰਹੇਣ ਤੇ ਇਹ 20 22 ਐਂਪੀਅਰ ਲੈਂਦੀ ਕਿਉਂਕਿ ਹੁਣ ਪਾਣੀ ਦਾ ਲੈਵਲ ਥੋੜਾ ਵਧ ਗਿਆ ਹਨਾ ਫੇ ਉਹਦੇ ਕਰਕੇ ਨਹੀਂ ਤਾਂ ਐਂਪੀਅਰ ਨੂੰ ਆਪਾਂ ਗੁੱਲੇ ਠੋਕਣੇ ਪੈਣੇ ਸੀ ਜਾਂ ਕੱਟ ਲਵਾਉਣਾ ਪੈਣਾ ਸੀ ਸੋ ਇੱਥੋਂ ਹੀ ਆਪਾਂ ਇਦਾਂ ਘੱਟ ਵੱਧ ਜਾਹੇ ਇੱਦ ਨੂੰ ਕਰ ਲੋ ਚਾਹੇ ਇਹਨੂੰ ਘੁਮਾ ਲੋ ਇਹ ਹੁਣ ਆਪਾਂ ਜਿਹਦਾ ਇੱਕ ਥਾਂ ਤੇ ਰੋਕੀ ਐ ਇੱਥੇ ਇਹ 15 14 15 ਅੰਪੀਰ ਪੇ ਲੈਂਦੀ ਆ ਸੋ ਇਹਦੇ ਨਾਲ ਕੀ ਆ ਵੀ ਆਪਾਂ ਨੂੰ ਨਾ ਤਾਂ ਮੋਟਰ ਦੇ ਲੂ ਹੋਣ ਦਾ ਕੋਈ ਡਰਿਆ ਨਾ ਜਦੋਂ ਅੰਪੀਰ ਵੱਧ ਲੈਂਦੀ ਐ ਉਹ ਤਾਂ ਹਰੇਕ ਜ਼ਿੰਮੇਵਾਰ ਨੂੰ ਪਤਾ ਹੀ ਆ ਆਪਣੇ ਭਰਾ ਨੂੰ ਵੀ ਜਦੋਂ ਅੰਪੀਰ ਵੱਧ ਲੈਂਦੀ ਉਹਨੇ ਗਰਮ ਹੋ ਕੇ ਲੂਣਾ ਹੀ ਐ ਲੋਡ ਪੈਂਦਾ ਉਹਦੇ ਤੇ ਸੋ ਏਡਾ ਕੋਈ ਖਾਸ ਨਹੀਂ ਹੈਗਾ ਦੇਖੋ ਮੜਾ ਜਿਹੜਾ ਆਪਣੇ ਫਲੈਕਸ ਵਾਰ ਲੱਗਾ ਹੁੰਦਾ ਹੈ ਨਾ ਫਲੈਕਸ ਵਾਰ ਦੇ ਉੱਪਰ ਬੈਂਡ ਲੱਗਾ ਹੁੰਦਾ ਆ ਜਿੰਨਾ ਮੋਟਰ ਆਪਾਂ ਕੱਸੀ ਦੀ ਆ ਦੇਖੋ ਉਨੇ ਉੱਤੇ ਬਿੰਜੋ ਲਾਈ ਆ ਬਿੰਜੋ ਦੇ ਉੱਤੇ ਪੈਪ ਚਾੜ ਕੇ ਉਹੀ ਪੈਪ ਸਾਰੇ ਜਿੱਦਾਂ 15 20 ਫੁੱਟ ਆ ਬਾਹਰ ਲਿਆਂਦਾ ਆ ਬਾਹਰ ਲਿਆ ਕੇ ਉੱਪਰ ਲਾ ਦਣੀ ਇਹਦੇ ਆਹ ਦੇਖੋ ਟੀ ਬਸ ਇਹਦੇ ਉੱਤੇ ਯਾਨੀ ਕਿ ਜਿੱਦਾਂ ਹੁਣ ਇਹ ਜੇ ਚੱਲਦੀ ਆ ਇਹਦੇ ਉੱਤੇ ਇਦਾਂ ਹੱਥ ਰੱਖ ਦਈਏ ਪਾਣੀ ਦਾ ਪ੍ਰੈਸ਼ਰ ਘਟ ਜਾਂਦਾ ਆ ਜਦੋਂ ਹੱਥ ਚੱਕ ਲੈਂਦੇ ਆ ਫੇਰ ਵਧ ਜਾਂਦਾ ਇਹ ਸਕਾਟਾ ਪਾਉਂਦੀ ਆ ਹਵਾ ਖਿੱਚਦੀ ਆ ਮਤਲਬ ਕਿ ਜਿੱਦਾਂ ਆਪਣੀ ਕਈ ਵਾਰੀ ਡੋਰੀ ਢਿੱਲੀ ਨਹੀਂ ਹੋ ਜਾਂਦੀ ਡੋਰੀ ਢਿੱਲੀ ਹੋਣ ਦੇ ਨਾਲ ਉਹ ਹਵਾ ਜਿੱਦਾਂ ਖਿੱਚ ਕੇ ਉਹ ਫੇਰ ਪਾਣੀ ਦਾ ਪ੍ਰੈਸ਼ਰ ਘਟ ਜਾਂਦਾ ਸੇਮ ਉਹੀ ਤਕਨੀਕ ਆ ਨਾ ਕੋਈ ਅੰਪੈਲਰ ਨੂੰ ਨਾ ਕੋਈ ਯਾਨੀ ਕਿ ਪਹਿਲਾਂ ਦੀ ਗੁੱਲੇ ਠੋਕਣ ਦੀ ਲੋੜ ਹੈ ਜੇ ਕਿਸੇ ਮੇਰਾ ਭਰਾ ਪਰੇਸ਼ਾਨ ਹੈ ਵੀ ਉਹਦੀ ਮੋਟਰ ਅੰਪੀਅਰ ਜ਼ਿਆਦਾ ਲੈਂਦੀ ਆ ਜਾਂ ਵੀ ਲੋਟ ਲੈਂਦੀ ਆ ਉਹ ਇਹ ਜਿਗੜ ਜ਼ਰੂਰ ਅਪਣਾਏ ਬਹੁਤ ਕਾਮਯਾਬ ਹੈ ਆਪਾਂ ਨੂੰ ਜਿਹੜਾ 3-4 ਸਾਲ ਹੋ ਗਏ ਲਾਇਆ ਇਹਨੂੰ ਆ ਦੇਖੋ ਸਿਰਫ ਆਪਾਂ ਆ ਜਿਹੜਾ ਫਲੈਕਸ ਵਾਲ ਵਾਲਾ ਟਿੱਕੀ ਵਾਲਾ ਹੁੰਦਾ ਬੈਂਡ ਹਨਾ ਟਿੱਕੀ ਵਾਲੇ ਫਲੈਕਸ ਵਾਲ ਦੇ ਉੱਪਰ ਲੱਗਾ ਉਹਦੇ ਵਿੱਚ ਇਦਾਂ ਛੇਕ ਮਾਰ ਕੇ ਬਿੰਜੋ ਲਾ ਕੇ ਉੱਤੇ ਪਾਈਪ ਚਾੜ ਦੇਣਾ ਉਹ ਥੱਲੇ ਉਹਨਾਂ ਜਿੱਦਾਂ ਉਹ ਕੱਸ ਦੇਣਾ ਨਾਲ ਛੇਕ ਮਾਰ ਕੇ ਤੇ ਉਹ ਅੱਧੀ ਦਾ ਪੈਪ ਛੋਟਾ ਟੂਟੀਆਂ ਵਾਲਾ ਪੈਪ ਲਾ ਕੇ ਬਾਹਰ ਲੈਣੀ ਉੱਤੇ ਮੁਰੇ ਜਿਹੜੀ ਆਪਣੇ ਪੱਠੇ ਗੁੱਦਣ ਵਾਲੇ ਆਮ ਇੰਜਨ ਨੂੰ ਟੈਂਕੀ ਟੁੰਕੀ ਨੂੰ ਹੁੰਦੀ ਆ ਟੀਲਰਣੀ ਬਸ ਜੇ ਆਪਾਂ ਤੁਸੀਂ ਐਂਪੀਅਰਮੀਟਰ ਅੰਦਰ ਲਾਉਣਾ ਚਾਹੁੰਦੇ ਹੋ ਆਪਣੀ ਮਰਜ਼ੀ ਆ ਪਰ ਆਪਾਂ ਜਿੱਦਾਂ ਵਰਤੇ ਆ ਵੀ ਆਪਾਂ ਜਿੱਦਾਂ ਇਹ 7.5 ਦੀ ਮੋਟਰ ਯਾਨੀ ਕਿ 20 22 ਐਂਪੀਅਰ ਲੈਂਦੀ ਹੈ ਤੇ ਆਪਾਂ ਇਹ 15 ਤੇ ਹੁਣ ਟਕਾਈ ਆ ਤੇ ਇੱਥੋਂ ਇਹਨੂੰ ਜਿੱਦਾਂ ਬੰਦ ਕਰੀ ਜਾਓ ਯਾਨੀ ਕਿ 22 ਐਂਪੀਅਰ ਤੋਂ 21 22 ਐਂਪੀਅਰ ਤੋਂ ਇਹ 14 13 14 ਐਂਪੀਅਰ ਤੱਕ ਆਪਾਂ ਉਹਦੇ ਵਿੱਚ ਵਿੱਚ ਇੱਥੇ ਮਾਜੀ ਸੈ ਬਹੁਤ ਯਾਨੀ ਕਿ ਆਪਾਂ ਨੂੰ ਜਦਾ ਤੈਂ ਚਾਰਸ ਵਾਲੀ ਹੋ ਗਏ ਇਹ ਸਰਾਜ ਗਾਰਡ ਆ ਤੇ ਜੇ ਮੇਰਾ ਭਰਾ ਕੋਈ ਪਰੇਸ਼ਾਨ ਆ ਵੀ ਉਹਦੀ ਮੋਟਰ ਅੰਪੀਅਰ ਜ਼ਿਆਦਾ ਲੈਂਦੀ ਆ ਜਾਂ ਲੋਡ ਜ਼ਿਆਦਾ ਲੈਂਦੀ ਆ ਜਿਗਾੜ ਵਾਰ ਤੋਂ ਬਹੁਤ ਸਰਾਜ ਗਾਰਡ ਆ ਤੋਂ ਮਿਲਦੇ ਆ ਈਦਾ ਹੀ ਆਪਾਂ ਹੋਰ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਮੇਰਾ ਭਰਾ ਸਾਰਿਆਂ ਨੂੰ ਆ ਦੇਖੋ ਆ ਆਉਂਦਾ ਪੈਗ ਇਹਦੇ ਮੂਰੇ ਲਾਇਆ ਆ ਇਹ ਜਿਗਾੜ ਇਹ ਦੇਖਿਓ ਜਦੋਂ ਹਨਾ ਮੈਂ ਇਹਦੇ ਉੱਤੇ ਉਂਗਲ ਰੱਖਣੀ ਆ ਪਾਣੀ ਘਟ ਜਾਣਾ ਜਦੋਂ ਫੇਰ ਛੱਡ ਦੇਣੀ ਵਧ ਜਾਣਾ ਦੇਖਿਓ ਆ ਹੁਣ ਘਟ ਗਿਆ ਇਹਦੇ ਆ ਹੁਣ ਵਧ ਗਿਆ ਇਹਦੇ ਨਾਲ ਕੀ ਹੁੰਦਾ ਜਿੱਦਾਂ ਮੋਟਰਾਂ ਮਪੈਲ ਹੈ ਐਂਪੀਅਰ ਬਹੁਤ ਘਟ ਲੈਂਦੀ ਆ ਆ ਦੇਖੋ ਸ਼ੂ ਸ਼ੂ ਦੀ ਆਵਾਜ਼ ਆਉਂਦੀ ਇਹਦੇ ਵਿੱਚ